से डॉक्टर भी काफ़ी कार्ड है, की कहना चाहोगे? देखो कार्ड सारे डिस्ट्रिक्ट ही है, सानू 109 डॉक्टर चाहिए है, 53 है, उन्होंने असं काम चला रहे हैं। सरकार में ये लिखा गया है कि डॉक्टर दिते जान, वो डॉक्टर जल्दी तो जल्दी पूरी करने का आश्वासन देती है अथॉरिटीज, जो आ जाते हैं ये कार्ड पूरी हो जाएगी। ठीक है, जैतो के जो बनता हिस्सा कितना बनता है? जैतो के 3 डॉक्टर, डॉक्टर साहब ने दसते है, 2 डॉक्टर तो कैसे हो चाहिए। ठीक है, गुड इवनिंग सर। डॉक्टर संजय कपूर, सिविल सर्जन, प्लीज। थैंक यू। जैतो दे SMO दी बदली नूं लैके सिविल हॉस्पिटल विच वध्या विवाद। जैतो सिविल हॉस्पिटल विच डॉक्टर ना होण कारण मरीजां नूं आ रही परेशानी। लोकां नूं डॉक्टर दे इंतजार विच कई घंटियां तक लाइनां विच खड़े होके इंतजार करना पैंदा है। कई मरीजां नूं तां सवेर तों शाम तक इंतजार करना पैंदा है, पर डॉक्टर फिर भी टाइम ते नहीं मिल पाउंदे। लोकां ने इस समस्या बारे गल्लबात करदिआं दस्सिआ कि जैतो हॉस्पिटल दे पुराने डॉक्टर वरिंदर नूं SMO दा चार्ज देण तों बाद इह दिक्कतां आ रहीआं हन। ਤੁਹਾਨੂੰ ਬੈਠਣ ਅਸੀਂ ਸਵੇਰੇ ਬੈਠੇ 9 ਵਜੇ ਦੀ ਅਤੇ ਹੁਣ ਕੀ ਟਾਈਮ ਹੋ ਗਿਆ? 2:30 ਵੱਜ ਗਏ। ਅਤੇ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ? ਸਮੱਸਿਆ ਡਾਕਟਰ ਸਾਹਿਬ ਇਕੱਲੇ ਆ, ਸਟਾਫ ਦੀ ਘਾਟ ਕਾਰਨ ਹੀ ਹੈ ਸਮੱਸਿਆ। ਠੀਕ ਹੈ, ਅਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਇਹਨੇ ਸਟਾਫ ਪੂਰਾ ਕੀਤਾ ਜਾਵੇ ਜੀ, ਸਾਨੂੰ ਜਿਹੜੀ ਪਰੇਸ਼ਾਨੀ ਹੁੰਦੀ ਉਹ ਨਾ ਹੋਵੇ। ਸਵੇਰ ਦੇ ਬੈਠੇ ਹਾਂ, ਕੋਈ ਕੰਮ ਨਹੀਂ ਧੰਦਾ ਨਹੀਂ। ਇੱਥੇ ਹੁਣ ਗੱਲ ਅੰਦਰ ਇਹ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਵੀ, ਡਾਕਟਰ ਵਰਿੰਦਰ ਜਿਹੜੇ ਡਾਕਟਰ ਹੈਗੇ ਆ ਉਹਨਾਂ ਨੂੰ SMO ਦਾ ਚਾਰਜ ਦਿੱਤਾ ਜਾ ਰਿਹਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦਾ ਪਹਿਲਾਂ ਨਹੀਂ ਸੂਦਾਂ ਦਾ ਕੰਮ, ਡਬਲ ਕਿਵੇਂ ਕਰ ਲੈਣਗੇ? ਸਰਕਾਰ ਤੋਂ ਕੀ ਮੰਗ ਕਰਦੇ ਆ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਦੂਜਾ ਡਾਕਟਰ ਵੱਡਾ ਇੱਥੇ ਹੋਰ ਭੇਜਣਾ ਇੱਕ। ਸਾਰਾ ਸਿੰਘ ਜੀ ਕਿੰਨਾ ਟਾਈਮ ਇੱਥੇ ਖੜੇ ਹੋ? ਮੈਨੂੰ ਤਾਂ 12 ਵਜੇ ਦਾ ਖੜਾ ਹਾਂ ਇੱਥੇ। ਠੀਕ ਹੈ, ਵਾਰੀ ਆਈ ਨਹੀਂ ਤੁਹਾਡੀ? ਨਾ। ਅਤੇ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਸਾਡੇ ਭਾਜੀ ਤਾਂ ਬਹੁਤ ਚੰਗਾ ਡਾਕਟਰ ਹੈ। ਠੀਕ ਹੈ, ਕਿੰਨਾ ਟਾਈਮ ਹੋ ਗਿਆ ਖੜੇ ਹੋ ਤੁਹਾਨੂੰ? ਮੈਨੂੰ ਖੜੇ ਨੂੰ 12:30 ਵਜੇ ਤੋਂ 12 ਵਜੇ ਦਾ ਖੜਾ ਇੱਥੇ। ਕੀ ਦਿੱਕਤ ਕੀ ਆ ਰਹੀ ਹੈ ਜੱਤ ਦੇ ਵਿੱਚ? ਮੈਂ ਇਹ ਤੋਂ ਦਵਾਈ ਚੱਲਦੀ ਹਾਂ। 2-3 ਦਿਨ ਹੋ ਗਏ ਮੈਨੂੰ ਹੀ ਆਉਂਦੇ ਹੋਏ ਇੱਥੇ, ਅਤੇ ਕਿਤੇ ਡਾਕਟਰ ਸਾਹਿਬ ਮੀਟਿੰਗ 'ਤੇ ਜਾ ਵੜਦੇ ਆ ਜੀ। ਅੱਜ ਵੀ ਹੁਣ ਆਏ ਹਾਂ ਜੀ, 2 ਘੰਟੇ ਹੋ ਗਏ ਖੜਿਆਂ ਨੂੰ ਜੀ। ਅੱਜ ਵੀ ਮੀਟਿੰਗ ਚੱਲੀ ਜਾਂਦੀ ਹੈ ਜੀ ਇੱਥੇ। ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਹੈ ਜੀ ਵੀ ਸਾਨੂੰ ਇੱਥੇ ਡਾਕਟਰ 5-7 ਡਾਕਟਰ ਹੋਣ ਇੱਥੇ ਜੀ। ਹੁਣ ਆਹ ਮਰੀਜ਼ ਸਾਰੇ ਇੱਥੇ ਬੈਠੇ ਆ ਜੀ, ਵੇਖ ਲਓ ਤੁਸੀਂ ਵੀ ਨੀਅਰ ਅਬਾਊਟ 100 ਮਰੀਜ਼ ਬੈਠਾ ਹੋਊਗਾ, ਅਤੇ ਡਾਕਟਰ ਇੱਥੇ ਮੈਨੂੰ ਲੱਗਦਾ ਕੋਈ ਹੈ ਨਹੀਂ ਹਜੇ ਜੀ। ਅਤੇ ਇਹੀ ਡਿਮਾਂਡ ਹੈ ਜੀ ਸਾਡੀ ਵੀ ਇੱਥੇ ਡਾਕਟਰ ਹੋਣ, ਸਾਰੇ 3-4 ਡਾਕਟਰ ਹੋਣ ਇੱਥੇ। ਫਰੀਦਕੋਟ ਸਿਵਲ ਸਰਜਨ ਨੇ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਹਸਪੀਟਲ ਦੇ ਸਟਾਫ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇੱਥੇ ਡਾਕਟਰ ਦੀ ਕਾਫੀ ਘਾਟ ਹੈ, ਕੀ ਕਹਿਣਾ ਚਾਹੋਗੇ? ਦੇਖੋ ਘਾਟ ਸਾਰੇ ਡਿਸਟ੍ਰਿਕਟ 'ਚ ਹੀ ਹੈ, ਸਾਨੂੰ 109 ਡਾਕਟਰ ਚਾਹੀਦੇ ਹੈ, 53 ਹੈ, ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਹਾਂ। ਸਰਕਾਰ ਨੂੰ ਇਹ ਲਿਖਿਆ ਗਿਆ ਹੈ ਕਿ ਡਾਕਟਰ ਦਿੱਤੇ ਜਾਣ, ਉਹ ਡਾਕਟਰ ਜਲਦੀ ਤੋਂ ਜਲਦੀ ਪੂਰੀ ਕਰਨ ਦਾ ਆਸ਼ਵਾਸਨ ਦਿੰਦੀ ਹੈ ਅਥਾਰਟੀਜ਼, ਜਦੋਂ ਆ ਜਾਂਦੇ ਆ ਇਹ ਘਾਟ ਪੂਰੀ ਹੋ ਜਾਏਗੀ। ਜੈਤੋ ਦੇ ਵਿੱਚ ਹੁਣ ਗਰੀਬ ਮੌਜੂਦ ਹੈ, ਕਿੰਨੇ ਡਾਕਟਰ ਅਵੇਲੇਬਲ? ਜੈਤੋ 'ਚ ਇਸ ਲਈ SMO ਸਾਡੇ ਰਿਟਾਇਰ ਹੋਏ ਆ, ਔਰ ਡਾਕਟਰ ਵਰਿੰਦਰ ਨੂੰ ਚਾਰਜ ਦਿੱਤਾ, ਔਰ ਇੱਕ ਕੰਪੀਟੈਂਟ ਡਾਕਟਰ ਹੈ ਐਜ਼ ਏ ਕਲੀਨੀਸ਼ੀਅਨ ਵੀ ਅਤੇ ਐਜ਼ ਏ ਐਡਮਿਨਿਸਟ੍ਰੇਟਿਵ ਵੀ, ਮੈਨੂੰ ਲੱਗਦਾ ਬਹੁਤ ਅੱਛਾ ਉਹ ਕੰਮ ਕਰਨਗੇ। ਅਸੀਂ ਉਹਨਾਂ ਨੂੰ ਨਾਲ ਸਪੋਰਟ ਦੇ ਲਈ, ਖੁਦ ਮੈਂ ਐਜ਼ ਏ ਬੈਠਾ ਐਜ਼ ਏ ਸਿਵਲ ਸਰਜਨ, ਨਾਲ ਅਸਿਸਟੈਂਟ ਸਿਵਲ ਸਰਜਨ ਦੀ ਸਪੋਰਟ ਦਿੱਤੀ। ਸਰ ਟੋਟਲ ਡਾਕਟਰ ਕਿੰਨੇ ਆ ਜੈਤੋ ਦੇ ਵਿੱਚ? ਟੋਟਲ ਡਾਕਟਰ ਕਿੰਨੇ ਆ ਸਰ ਜੈਤੋ 'ਚ? 200 ਡਾਕਟਰ, 2 ਪੋਸਟਿਡ ਹੈ, 1 ਡੈਪੂਟੇਸ਼ਨ ਜੀ, ਮਤਲਬ ਕਿ 3 ਡਾਕਟਰ ਟੋਟਲ? ਹਾਂਜੀ ਸਰ, 3 ਡਾਕਟਰ। ਰਾਤ ਨੂੰ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ, ਪਬਲਿਕ ਦਾ ਕਹਿਣਾ ਬੰਦ ਹੁੰਦੀਆਂ ਹੈਗੀਆਂ, ਜੋ ਕੋਈ ਐਮਰਜੈਂਸੀ ਆਉਂਦਾ ਕੇਸ, ਮਤਲਬ ਕਿ ਉਹਨਾਂ ਨੂੰ ਫਰੀਦਕੋਟ ਜਾਂ ਕੋਈ ਕੋਟਕਪੂਰਾ ਰੈਫਰ ਕਰਨਾ ਪੈਂਦਾ, ਸਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜਿੱਥੇ ਡਾਕਟਰਾਂ ਦੀ ਘਾਟ ਹੈ ਜਾਂ ਐਮਰਜੈਂਸੀ ਰੋਸਟਰ ਨਹੀਂ ਪੂਰਾ ਹੁੰਦਾ, ਉੱਥੇ ਅਸੀਂ ਕਹਿੰਦੇ ਹਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ, ਈਵਨਿੰਗ ਤੱਕ ਚਲਾ ਲਓ। ਰਾਤ ਲਈ ਸਟਾਫ ਨਰਸਾਂ ਉੱਥੇ ਹੈ, ਔਰ ਉਹ ਐਮਰਜੈਂਸੀ ਫਸਟ ਏਡ ਦੇ ਸਕਦੀ ਹੈ, ਔਰ ਜੇ ਕੋਈ ਜ਼ਿਆਦਾ ਪ੍ਰੋਬਲਮ ਹੈ ਤਾਂ ਡਾਕਟਰ ਨੂੰ ਕਾਲ ਕੀਤਾ ਜਾ ਸਕਦਾ। ਅਸੀਂ ਕਦੀ ਵੀ ਨਹੀਂ ਕਹਿੰਦੇ ਕਿ ਲਗਾਤਾਰ ਉਹ ਰਾਤ ਤੱਕ ਉੱਥੇ ਬੈਠਣ, ਲੇਕਿਨ ਪੇਸ਼ੈਂਟ ਦੀ ਕੇਅਰ ਪ੍ਰਾਇਮਰੀ ਹੈ ਹਸਪਤਾਲ ਦੀ, ਕਿ ਪੇਸ਼ੈਂਟ ਆਇਆ ਔਰ ਉਹਨੂੰ ਫਸਟ ਏਡ ਦਿੱਤਾ, ਡਾਕਟਰ ਨਾਲ ਕੰਸਲਟ ਕੀਤਾ। ਡਾਕਟਰ ਅਗਰ ਉਹਨੂੰ ਰਾਤ ਨੂੰ ਆ ਕੇ ਜ਼ਰੂਰ ਸਮਝਦਾ ਤਾਂ ਦੇਖੇਗਾ, ਸਵੇਰੇ ਉਹ ਆਪਣੀਆਂ, ਕਿਉਂਕਿ OPD ਸਰਵਿਸਿਜ਼ ਉਹਨਾਂ ਨੂੰ ਦੇਣੀ ਹੈ, 300-400 ਮਰੀਜ਼ ਡਾਕਟਰ ਇੱਥੇ ਦੇਖ ਰਿਹਾ। ਅਸੀਂ ਉਹਨਾਂ ਦੇ ਸਾਰੇ ਸਿਸਟਮ ਨੂੰ ਸਮਝਦੇ, ਉਸ ਲਈ ਇਹੀ ਗੱਲ ਕਹਿੰਦੇ ਹਾਂ, ਜਿੱਥੇ ਡਾਕਟਰ ਪੂਰੇ ਹੈ ਉੱਥੇ ਮੋਰਨਿੰਗ, ਈਵਨਿੰਗ, ਨਾਈਟ ਪ੍ਰੋਪਰ ਡਿਊਟੀ ਚੱਲਦੀ ਜੀ।
सर एक और सेंटर के पब्लिक को दिक्कत आ रही है, हर महीने मतलब कि जोड़ा है फरीदकोट इंट्री कराने वास्ते जाना पैंता है, कोई ऐसी सुविधा नहीं जो है इतने ही देखो ओट पेशेंट बारे ये प्रॉब्लम है कि जो पेशेंट को दवाई दिती जाती है वो दवाई सैकटरी वाले डॉक्टर ने देनी होंगी है, चिकित्सक ने देनी है, जोड़ा कि मानसिक डॉक्टर है रोगों का, वो स्पैशलिस्ट सिविल हॉस्पिटल है, दवाई की एडजस्टमेंट करने वधानी या घटानी वो जाना पैंता है, तो असी उस करके मरीज़ को जाना ही पेगा क्योंकि या सैकैट्रिस्ट की पोस्ट अगर जैद तो हो फिर इतने डॉक्टर आ सकता जी। ठीक है, जिले के अपने किन्ने हॉस्पिटल है जी टोटल जिले के फरीदकोट जिले फरीदकोट जिले के एक डिस्ट्रिक्ट हॉस्पिटल है, दो सब डिविजनल हॉस्पिटल है जैतों एंड जोड़ा थोड़ा है कोटकपूरा, उस तो बाद दो सी एस सी हैं साढ़े को, साधक है जंड साहब है पी एस सी है, नाउ टोटल जोड़े साढ़े को हॉस्पिटल है ये है स्ट्रक्चर, उस तो बाद सब सेंटर गरीब हॉस्पिटल बन गए। हाँ जी बिल्कुल, तो डॉक्टर थोड़े को 53 जी डॉक्टर 53 जोड़े है सिविल हॉस्पिटल 29 डॉक्टर है पोस्टिंग इस तरह डिस्ट्रीब्यूशन है, और एक सी एस सी के 5 डॉक्टर होंगे है, 5 एक एस एम ओ की पोस्ट होंगी, एक डेंटल की होंगी, 7 डॉक्टर जिन्हों के 5 जो मेडिकल अफसर होंगे है वो मॉर्निंग ईवनिंग नाइट ड्यूटी करते हैं, 2 जोड़े है वह फिर ओ पी डी संभालते हैं या रिलीवर है, इस तरह स्ट्रक्चर चलता। जैद तो वासियों की मांग है कि डॉक्टर वरिंदर नू ही मुड़ तो डॉक्टर का चार्ज सौंपया जाए क्योंकि जैद तो वासियों लिए डॉक्टर वरिंदर ही वधिया डॉक्टर हैं और पहला की तरह ही इस हॉस्पिटल के मरीजों की सेवा करते रहन। एक तो यही है भी इतने डॉक्टर की बहुत घाट है, तो असी सुबह 8 बजे आके बहने हैं तो सानू 3-3 4-4 बज जाते हैं, तो डॉक्टर की कमी होने कारण तो मतलब इतने परेशानी मरीजों बहुत आती है, एमरजेंसी तो बिल्कुल ही नहीं, जे कोई माड़ी भी मोटी एक्सीडेंट छोटा मोटा होंगे तो वो रैफर करके फरीदकोट भेजा जाए। हम सुनने के आया कि डॉक्टर एस एम ओ वरिंदर डॉक्टर वरिंदर एस एम ओ का चार्ज देगा, वो बारे की कहना चाहते डॉक्टर साहब जोड़ा वरिंदर है वो बहुत सुलझा तो सियाना डॉक्टर है, उन्होंने साडा शहर जैतो शहर चाहता है, मतलब ठीक है, तो गाह तो वो मर्जी है भी उन्हें गाह तरक्की लैनी या ना लैनी, पर साढ़े शहर वास्ते डॉक्टर बहुत वधिया बहुत सोहना केयर करता अपना मरीजा। भारत संदेश लई जैतो तो हुकम चंद दी रिपोर्ट।